Welcome to Jet Overseas and Jetley's Times Academy. How may I help you? मैं student visa बारे पता करना सी. Okay, sure. Help him. हाँ जी कितने हो? परे जित्थे भी हो जिस भी हाल चो हुने इत्थे आओ इट्स अर्जेंट ओके ओके जिटली तो हो ही गई है वाशा दाड़ी है बस प्रात आशीर्वाद पूरा कैब रखना बाकी मैं काम सेट कर देना मम्मी मैं ट्यूशन जाना जल्दी रोटी दे दो नाले आज तो मैं पक्का बोल्ट ही लेके जाना बुझे ਟੈਨ ਬ੍ਰਜ਼ੀਰੀ ਨਾ ਪੰਗੇ ਦੇਣਾ ਤੈਨੂੰ ਅੱਜ ਮੈਂ ਬੁਲਟ ਸਾਡੀ ਡੇਟ ਤੇ ਤੂੰ ਬੁਲਟ ਲੈ ਕੇ ਜਾਏਂਗਾ ਟਾਈਮ ਹੈ ਤੇਰੀ ਉੱਠ ਕੇ ਆਉਣ ਦਾ 3 ਵੱਜ ਗਏ ਨੇ ਨਾਲੇ ਇੱਕ ਗੱਲ ਦੱਸ ਮੈਨੂੰ ਤੂੰ ਆਦੀ ਮਾਨਵ ਹੈ ਆ ਕੀ ਹਾਲ ਬਣਾਇਆ ਹੋਇਆ ਆਪਣਾ ਆ ਕਟਾ ਕੇ ਆਈ ਹੈ ਜਨ ਸ਼ਾਮ ਦਾੜੀ ਤੇ ਮੋਰੀ ਕਬਰੋਂ ਮੇ ਜਾਏਗੀ ਮੋਤਾ ਕੁੱਤਾ ਐਕਟਰ ਜਿਹਾ ਨਾ ਹੋਵੇ ਤਾਂ ਨਾਲੇ ਗੱਲ ਸੁਣ ਅੱਜ ਸ਼ੈਂਕੀ ਨੂੰ ਬਾਈਕ ਲੈ ਜਾਣ ਦੇ ਉਹ ਬੁਲਟ ਮੋਤਾ ਬੁਲਟ ਬਾਈਕ ਨਹੀਂ ਬੁਲਟ ਜਿੱਦਾ ਆ ਬਾਈ ਕਿ ਕੋਈ ਵਜਦੀ ਨਹੀਂ ਸਵਾਲ ਲੈ ਕੇ ਜਾਣਾ ਉਹਨੇ ਦੇਖਣ ਦਾ ਮੈਨੂੰ ਹੈ ਕਿੱਥੇ ਹਾਂ ਸੋਨਾ ਕਿੱਥੇ ਹੈ ਅੱਜ ਆਪਾਂ ਟਿਊਸ਼ਨ ਨਹੀਂ ਜਾਣਾ ਜੇ ਆਪਾਂ ਗੇੜੀ ਲਾਂ ਚੱਲਾਂਗੇ ਬੁਲਟ ਤੇ ਅੱਜ ਤੂੰ ਛੇਤੀ ਆ ਜਾ ਮੈਂ ਲੈ ਕੇ ਚੱਲਾਂ ਆਪੇ ਸਾਂਭ ਲਿਓ ਉਕਾ ਅੱਜ ਤਾਂ ਗੇੜੀਆਂ ਵੱਜੂ हाँ जी आ जाओ बार आ गया मैं ओके ओ की हाली प्रा हाँ जी ओ वीरे भाभी तेरे लैन आया मैं ओए होए आज सूट ही सवा लो ओए सोनी सी हैं ओ प्रा सोनी सिक्स एस सी टच बड़ी स्मूथ होनी है ओ चल गई सालियां ने ओहो ਚੱਲ ਚੰਗਾ ਤੂੰ ਤਾਂ ਘਰ ਲੱਭ ਕੇ ਦੱਸ ਮੈਨੂੰ ਕਿੱਥੇ ਆ ਘਰ ਲੱਭ ਸਾਲਿਆ ਵਿਹਲਾ ਮੈਂ ਘਰ ਲੱਭਦਾ ਲੱਗਦਾ ਉਹ ਨਾਲੇ ਤੈਨੂੰ ਪਤਾ ਭਰਾ ਚੰਡੇ ਬਹੁਤ ਪੜਤੀ ਹੈ ਉਸਤਾਦ ਨਹੀਂ ਨਹੀਂ ਤੂੰ ਤਾਂ ਘਰ ਉਹ
ਚੱਲ ਓਕੇ ਓਕੇ ਆ ਗਈ ਤੇਰੀ ਭਾਬੀ ਆ ਗਈ ਮੈਂ ਤੈਨੂੰ ਕਰਦਾ ਥੋੜ੍ਹੀ ਦੇਰ ਫੋਨ ਕਰਦਾ ਓਕੇ ਬਾਏ ਚੱਲ ਚੰਗਾ ਭਰਾ ਕੰਮ ਚੱਕ ਕੇ ਰੱਖ ਤੂੰ ਜੁੱਤੀ ਲਾਵਾਂ ਆ ਜਾ ਕਿਹਦੇ ਨਾਲ ਗੱਲ ਕਰ ਰਿਹਾ ਸੀ ਉਹ ਕੁਛ ਨਹੀਂ ਉਹ ਵਿੱਕੀ ਦਾ ਫੋਨ ਆਇਆ ਸੀ ਆਪਣੇ ਓ ਪਲੀਜ਼ ਕਿੰਨੀ ਵਾਰੀ ਕਿਹਾ ਉਹਦੇ ਨਾਲ ਗੱਲ ਨਾ ਕਰਿਆ ਕਰੋ ਵੈਸੇ ਵੀ ਨਾ ਉਹ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਉਹਨੇ ਕੀ ਕੀਤਾ ਹੁਣ ਐਨੀਵੇਜ਼ ਅੱਜ ਮੇਰੀ ਫਰਸਟ ਸੈਲਰੀ ਆਈ ਹੈ ਐਂਡ ਆਈ ਵਾਂਟਡ ਟੂ ਇੰਜੋਏ ਇਟ ਵਿਦ ਯੂ ਚਲੋ ਪਹਿਲੇ ਗੈਟ ਯੋਰ ਸੈਲਫ ਸ਼ੇਪਡ ਸੋਹਣਾ ਜਿਹਾ ਬਣਾ ਦਿਓ ਮੇਰੇ ਬੱਚੇ ਨੂੰ ਤੁਸੀਂ ਸ਼ੇਵ ਕਰਾਓ ਮੈਂ ਹੁਣੇ ਆਉਂਦੀ ਹਾਂ ਠੀਕ ਹੈ ਕਿੱਥਾਂ ਗੁਜ਼ਰ ਆਈ ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ ਤਨ ਕਿੱਥਾਂ ਗੁਜ਼ਰ ਆਈ ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ ਦਾੜੀ ਤੇ ਮੋਲੀ ਕਬਰ ਹੋ ਜਾਏਗੀ ਮਰਤਾ ਆ ਮੇਰਾ ਬਾਨੀ ਕਿੰਨਾ ਪਿਆਰਾ ਬੱਚਾ ਲੱਗ ਰਿਹਾ ਕਿੰਨਾ ਹੈਂਡਸਮ ਪੁੱਤ ਲੱਗ ਰਿਹਾ ਨਾ ਮੈਂ ਕਿਵੇਂ ਲੱਗ ਰਹੀ ਹਾਂ ਹੈਂਡਸਮ ਤੇ ਲੱਗ ਰਹੇ ਹੋ ਇਹ ਦੇਖੋ ਮੈਂ ਤਿਆਰ ਵੀ ਹੋ ਕੇ ਆ ਗਈ ਕੈਸੀ ਲੱਗ ਰਹੀ ਹੋ ਬੋਲੋ ਹੁਣ ਆਪਾਂ ਕਰਨੀ ਐਸ਼ ਠੀਕ ਹੈ ਚਲੋ ਲੈਟਸ ਗੋ ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ ਤਨ ਕਿੱਥਾਂ ਗੁਜ਼ਰ ਆਈ ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ ਤਨ ਕਿੱਥਾਂ ਗੁਜ਼ਰ ਸ਼ਿਫੂ ਚੱਲ ਯਾਰ ਕੀ ਘਰ ਚਲੀਏ ਯਾਰ ਮੇਰਾ ਨਹੀਂ ਮਨ ਮੈਂ ਨਹੀਂ ਜਾਣਾ ਹਲੇ ਕਿ ਟਾਈਮ ਦੇਖ 2 ਵੱਜ ਗਏ ਆ ਨਾਲੇ ਜਗ੍ਹਾ ਸੇਫ ਹੈ ਉਧਰ ਦੇ ਕਿੱਦਾਂ ਸੁੱਤੇ ਪਏ ਉੱਥੇ ਨਾਲੇ ਇੱਥੇ ਖੜੇ ਘੂਰੀ ਜਾਂਦੇ ਆ ਚੱਲ ਨਾ ਯਾਰ ਘਰ ਚਲੀਏ ਪਲੀਜ਼ ਮੈਂ ਕਿਹਾ ਨਾ ਮੈਂ ਨਹੀਂ ਜਾਣਾ ਮੇਰੀ ਮਰਜ਼ੀ ਪਾਪਾ ਦਾ ਫੋਨ ਆਏਗਾ ਮੈਂ ਕੀ ਕਰੂੰਗਾ ਘਰੋਂ ਕੀ ਕਹੂੰਗਾ ਉਹਨਾਂ ਨੂੰ ਮੈਂ ਮੇਰੇ ਘਰੋਂ ਵੀ ਫੋਨ ਆਇਆ ਨਾ ਮੈਂ ਵੀ ਕੀਤਾ ਨਾ ਸੈਟਲ ਤੁਸੀਂ ਵੀ ਘਰ ਫੋਨ ਕਰੋ ਸੈਟਲਮੈਂਟਾਂ ਕਰੋ ਚਲ ਆਪਾਂ ਇੱਕ ਕੰਮ ਕਰਦੇ ਹਾਂ ਆਪਾਂ ਨਾ ਇੱਥੋਂ ਦਰਬਾਰ ਸਾਹਿਬ ਚੱਲਦੇ ਹਾਂ ਉੱਥੇ ਮੱਥਾ ਟੇਕ ਕੇ ਸਵੇਰੇ ਘਰ ਚੱਲ ਜਾਵਾਂਗੇ ਠੀਕ ਹੈ ਸ਼ੈਂਕੀ ਦਾ ਫੋਨ ਆ ਗਿਆ ਹਾਂ ਸ਼ੈਂਕੀ ਕਿੱਥੇ ਹੈਗਾ ਘਰ ਨਹੀਂ ਆਉਣਾ ਪਾਪਾ ਪੁੱਛਦੇ ਪਏ ਤੇਰੇ ਬਾਰੇ ਉਹ ਯਾਰ ਮੇਰੀ ਗੱਲ ਸੁਣ ਤੇ ਆਉਣਾ ਮੈਂ ਚੱਲਾਂ ਸ਼ਿਫਾਲੀ ਨਾਲ ਅੰਮ੍ਰਿਤਸਰ ਸਵੇਰ ਨੂੰ ਆ ਜਾਊਂਗਾ ਯਾਰ ਤੂੰ ਪਾਪਾ ਨੂੰ ਕਹਿ ਦੀ ਉਹ ਨਾ ਆਪਣੇ ਦੋਸਤ ਵੱਲ ਗਿਆ ਅਤੇ ਕਹਿੰਦਾ ਸੀ ਸਵੇਰੇ ਮੁੜ ਕੇ ਆਊਂਗਾ ਮੈਂ ਆਪੇ ਗੱਲ ਸਾਂਭ ਲਈ ਯਾਰ ਹੁਣ ਤੂੰ ਸਾਰੀ ਦੇਖ ਲੈ ਯਾਰ ਇਹਦਾ ਮਤਲਬ ਮੈਂ ਕੱਲ੍ਹ ਵੀ ਬੁਲਟ ਨਹੀਂ ਲੈ ਕੇ ਜਾ ਸਕਦਾ ਤੂੰ ਕਿਹੜੇ ਫੁੱਦੂ ਕੰਮ ਫੜੇ ਹੋਏ ਆ ਮੈਂ ਦੱਸ ਦੇਣਾ ਤੂੰ ਅੰਮ੍ਰਿਤਸਰ ਗਿਆ ਸ਼ਿਫਾਲੀ ਨਾਲ ਉਹ ਹੈਲੋ ਬੇਟੇ ਸਹੇਲੀ ਨੂੰ ਬੁਲਟ ਝੂਟੇ ਦੇਣੇ ਕਿ ਨਹੀਂ ਦੇਖ ਲੈ ਕਾਕਾ ਆਟੋਆਂ ਤਾਂ ਹੀ ਧੱਕੇ ਖਾਏਗਾ ਫਿਰ ਨਾਲੇ ਬੁਲਟ ਤਾਂ ਇੱਥੇ ਹੀ ਹੈ ਲੱਭਦਾ ਤਾਂ ਲੱਭ ਲੈ ਉਹ ਯਾਰ ਤੂੰ ਮੇਰਾ ਵੱਡਾ ਭਰਾ ਹੈ ਤੂੰ ਭਰਾ ਦਾ ਮਜ਼ਾਕ ਵੀ ਨਹੀਂ ਕਰ ਸਕਦਾ ਮੈਂ ਆਪੇ ਸਾਂਭ ਲੂੰ ਤੂੰ ਬਸ ਸਵੇਰੇ ਪਹੁੰਚ ਜਾਏ ਘਰ ਚਲੋ ਓਕੇ ਫਿਰ ਚੰਗਾ ਜੀ ਜੈ ਮਸਤਾ ਅੰਮ੍ਰਿਤਸਰ 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 ਰਹੀਏ ਅੰਮ੍ਰਿਤਸਰ